ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਮੈਂਟਲੀ ਫਿਜ਼ੀਕਲੀ ਆਪਣੇ ਦਿਨ ਪੇ ਤਗੜਾ ਕਰੂੰਗਾ, ਕਿਉਂਕਿ ਅਭੀ ਮਤਲਬ ਬਹੁਤ ਟਾਈਮ ਹੈ, ਅਭੀ ਅਗਲੇ ਜੋ ਟਰਨ ਆਣੀ ਹੈ ਉਸਕੇ ਲਈ ਮੈਂਟਲੀ ਅਤੇ ਫਿਜ਼ੀਕਲੀ ਬਹੁਤ ਤਗੜਾ ਕਰੇਂਗੇ। ਔਰ ਫਿਰ ਸਰ ਉਨ੍ਹਾਂ ਦਾ ਇਰਾਦਾ ਹੈ ਕਿ ਅਗਲੇ ਵਾਰ ਜਿੱਤ ਕੇ ਆਉਣਾ ਹੈ। ਚੋਣਾਂ ਦੇ ਮੈਦਾਨ ਤੋਂ ਖਲੀ ਦਾ ਰਿੰਗ, ਇਹ ਤਸਵੀਰਾਂ ਨੇ ਜਲੰਧਰ ਦੀਆਂ। ਜਲੰਧਰ ਦਾ ਨੀਟੂ ਸ਼ਟਰਾਂ ਵਾਲਾ ਲਗਾਤਾਰ ਆਪਣੇ ਨਵੇਂ ਨਵੇਂ ਕਾਰਨਾਮਿਆਂ ਤੋਂ ਮਸ਼ਹੂਰ ਹੋ ਰਿਹਾ ਹੈ। ਚੋਣਾਂ ਦੇ ਵਿੱਚ ਆਵਾਜ਼ ਉਠਾਉਣ ਵਾਲਾ ਨੀਟੂ ਸ਼ਟਰਾਂ ਵਾਲਾ ਹੁਣ ਖਲੀ ਦੇ ਰਿੰਗ 'ਚ ਪਹੁੰਚ ਗਿਆ। ਤੁਹਾਨੂੰ ਦੱਸੀਏ, ਇਹ ਉਹੀ ਨੀਟੂ ਸ਼ਟਰਾਂ ਵਾਲਾ ਜਿਹੜਾ ਕਿ ਪਹਿਲਾਂ ਹੀ ਰੋਣ ਲੱਗ ਗਿਆ ਸੀ ਕਿ ਉਸਨੂੰ ਤਾਂ ਸਿਰਫ 5 ਵੋਟਾਂ ਪਈਆਂ, ਜਦਕਿ ਉਸਦੇ ਪਰਿਵਾਰ ਦੇ 9 ਲੋਕ ਸੀ। ਹਾਲਾਂਕਿ ਬਾਅਦ ਵਿੱਚ ਉਸਨੂੰ 856 ਵੋਟਾਂ ਮਿਲੀਆਂ ਨਿਕਲੀਆਂ, ਪਰ ਇਸ ਤੋਂ ਪਹਿਲਾਂ ਹੀ ਰੋ ਕੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਅਤੇ ਹੁਣ ਨੀਟੂ ਸ਼ਟਰਾਂ ਵਾਲਾ ਪਹੁੰਚ ਗਿਆ ਖਲੀ ਦੀ ਅਕੈਡਮੀ। ਉੱਥੇ ਖਲੀ ਨੇ ਵੀ ਇਸ ਨੂੰ ਆਪਣੇ ਨੁਸਖੇ ਸਿਖਾਉਣ ਦੀ ਗੱਲ ਕੀਤੀ ਹੈ। ਅਗਲੀਆਂ ਤਸਵੀਰਾਂ 'ਚ ਤੁਸੀਂ ਆਪ ਹੀ ਵੇਖੋ, ਨੀਟੂ ਸ਼ਟਰਾਂ ਵਾਲੇ ਨੇ ਖਲੀ ਦੇ ਨਾਲ ਮੁਲਾਕਾਤ ਕੀਤੀ ਅਤੇ ਖਲੀ ਨੇ ਉਹਨਾਂ ਨੂੰ ਕੀ ਭਰੋਸਾ ਦਵਾਇਆ। ਜੇ ਮੈਨੂੰ ਕੱਲ ਨੂੰ ਕੋਈ ਦਬਾਅ ਪਾਉਣ ਤੇ ਮੈਂ ਖਲੀ ਜੀ ਨੂੰ ਲੈ ਕੇ ਇਹਨਾਂ ਦੀ ਹੱਡੀ ਫਸਲੀ ਕਰਾ ਆਪ ਇਮਾਨਦਾਰ ਬੰਦੇ ਹੈ ਔਰ ਸੱਚ ਕਾ ਸਾਹਮਣਾ ਕਰਨਾ ਹੈ। ਕੋਈ ਵੀ ਬੰਦਾ ਹੈਗਾ ਆਪਣੇ ਸੱਚ ਕਾ ਸਾਹਮਣਾ ਕਰਨਾ ਹੈ। ਔਰ ਮੈਂ ਫਿਰ ਕਹਿਤਾ ਹੂੰ ਕਿ ਕਭੀ ਮੈਨੂੰ ਹਾਰ ਨਹੀਂ ਮਾਨਦੇ। ਮੁਸ਼ਕਲ ਦਾ ਸਾਹਮਣਾ ਔਰ ਪ੍ਰੋਬਲਮ ਕਿਆ ਕਿਆ ਹੈ ਸਾਰੀ ਉਠਾ ਸਕਦੇ।